ਚਾਹ ਦੀਆਂ ਚੁਸਕੀਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਲਈਆਂ ਹੋਣਗੀਆਂ, ਪਰ ਤੁਹਾਨੂੰ ਅੱਜ ਇੱਕ ਨਵੇਕਲੀ ਚਾਹ ਜਿਹੜੀ ਕਿ ਉਹ ਪਿਆਉਣ ਜਾ ਰਹੇ ਹਾਂ। ਕਾਕੇ ਚਾਹ ਵਾਲਾ ਜਿਹੜਾ ਕਿ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਰਿਹਾ ਅੰਮ੍ਰਿਤਸਰ ਵਿੱਚ, ਕਿਉਂਕਿ ਇਹ ਇੱਕ ਸਪੈਸ਼ਲ ਤਰ੍ਹਾਂ ਦੀ ਚਾਹ ਆ। ਭਾਵੇਂ ਉਹ ਚੋਕਲੇਟ ਫਲੇਵਰ ਹੋਵੇ ਜਾਂ ਇਲਾਚੀ ਫਲੇਵਰ ਹੋਵੇ, ਪਰ ਇਸ ਦੀ ਖਾਸੀਅਤ ਇਹ ਹੈ ਇਸ ਚਾਹ ਦੇ ਨਾਲ ਜਿਹੜਾ ਕੱਪ ਹੈ ਇਹ ਵੀ ਲੋਕ ਜਿਹੜੇ ਨੇ ਉਹ ਖਾ ਜਾਂਦੇ ਨੇ। ਤਾਂ ਨਵੇਕਲਾ ਕਨਸੈਪਟ ਹੈ, ਸ਼ਾਇਦ ਹੀ ਪੰਜਾਬ ਅੰਦਰ ਇਹ ਕਨਸੈਪਟ ਜਿਹੜਾ ਕਿਤੇ ਵਿਖਾਈ ਦਿੰਦਾ ਹੋਵੇਗਾ, ਪਰ ਅੰਮ੍ਰਿਤਸਰ ਵਿੱਚ ਜਿਹੜੀ ਕਿ ਇਹ ਨਵੇਕਲੀ ਚਾਹ ਹੈ ਜਿਹੜੀ ਕਿ ਇਹ ਲੋਕਾਂ ਨੂੰ ਪਰੋਸੀ ਜਾ ਰਹੀ ਹੈ, ਔਰ ਲੋਕ ਵੀ ਬੜੇ ਚਾਵਾਂ ਨਾਲ ਇਸ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਵਿਖਾਈ ਦਿੰਦੇ ਨੇ। ਤਾਂ ਪਹਿਲਾਂ ਗੱਲਬਾਤ ਕਰਾਂਗੇ ਕਸਟਮਰ ਨਾਲ। ਭਾਅ ਜੀ, ਚਾਹ ਤਾਂ ਬੜੀ ਪੀਤੀ ਹੋਣੀ ਤੁਸੀਂ, ਪਰ ਇਸ ਚਾਹ ਵਿੱਚ ਕੀ ਖਾਸੀਅਤ ਹੈ? ਬਹੁਤ ਵਧੀਆ ਕਨਸੈਪਟ ਹੈ ਜੀ, ਬੜੀ ਵਧੀਆ ਚਾਹ ਬਣਾਈ ਆ ਕਾਕੇ ਨੇ, ਕਮਾਲ ਹੈ। ਅੰਮ੍ਰਿਤਸਰ ਸਾਹਿਬ ਦੀ ਨਗਰੀ ਵਿੱਚ ਇਹ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਹੈ। ਇਹ ਚਾਹ ਦੇ ਨਾਲ ਨਾਲ ਤੁਸੀਂ ਚਾਹ ਵੀ ਪੀ ਸਕਦੇ, ਨਾਲ ਕੱਪ ਵੀ ਖਾ ਸਕਦੇ ਜੀ। ਬਹੁਤ ਵਧੀਆ ਇਹ ਫਲੇਵਰ ਆ, ਇਲਾਚੀ ਫਲੇਵਰ ਅਤੇ ਚੋਕਲੇਟ ਫਲੇਵਰ ਆ, ਦੋ ਫਲੇਵਰ ਆ, ਕਮਾਲ ਆ, ਸਿਰਾ ਕਰਾ ਦਿੱਤਾ ਕਾਕੇ ਨੇ। ਕਦੇ ਸੁਣਿਆ ਸੀ ਵੀ ਚਾਹ ਤਾਂ ਚਲੋ ਪੀ ਲਾਂਗੇ ਅਤੇ ਕੱਪ ਵੀ ਨਾਲ ਖਾਧਾ ਜਾਊਗਾ? ਪਹਿਲੀ ਵਾਰੀ ਸੁਣਿਆ ਜੀ, ਪਹਿਲੀ ਵਾਰੀ ਦੇਖਿਆ। ਪਹਿਲੀ ਵਾਰ ਚਾਹ ਤਾਂ ਬੜੀ ਪੀਤੀ ਹੋਣੀ ਜ਼ਿੰਦਗੀ ਤੁਸੀਂ, ਇਹਦੀ ਚੁਸਕੀ ਲਾ ਕੇ ਵੇਖੋ ਪਹਿਲੇ ਕਿੱਦਾਂ ਦੀ ਲੱਗੀ? ਕਮਾਲ, ਪਹਿਲੀ ਵਾਰੀ ਅਸੀਂ ਆਏ ਹਾਂ, ਬਟਾਲੇ ਤੋਂ ਆਏ ਹਾਂ ਅਸੀਂ, ਅਤੇ ਕਮਾਲ ਆ ਚਾਹ, ਕਮਾਲ। ਹੋਰ ਕਿਤੇ ਮਿਲਦੀ ਪੰਜਾਬ ਅੰਦਰ ਐਸੀ ਚਾਹ? ਮੇਰਾ ਖਿਆਲ ਨਹੀਂ, ਕਿਤੇ ਨਹੀਂ, ਪਹਿਲੀ ਵਾਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ। ਅਤੇ ਤੁਸੀਂ ਮੈਂ ਸ਼ਾਇਦ ਚੋਕਲੇਟ ਫਲੇਵਰ ਪੀ ਰਹੇ ਹੋ? ਹਾਂਜੀ, ਚੋਕਲੇਟ ਫਲੇਵਰ। ਅਤੇ ਫਿਰ ਕੀ ਕਹਿਣਾ, ਕਾਕੇ ਦੀ ਤਾਰੀਫ ਹੋ ਰਹੀ ਫਿਰ ਹਰ ਪਾਸੇ? ਬਹੁਤ ਬਹੁਤ ਛਾਇਆ ਪਿਆ ਕਾਕਾ ਸਾਡਾ, ਬਹੁਤ ਵਧੀਆ। ਹਾਂਜੀ ਭਾਅ ਜੀ, ਕਿਸ ਤਰ੍ਹਾਂ ਲੱਗੀ ਚਾਹ? ਹੰਡੇ ਆ ਜੀ, ਵਧੀਆ, ਘੈਂਟ ਆ, ਪੂਰੀ ਘੈਂਟ ਆ, ਸਿਰਾ ਆ, ਸਿਰਾ ਲਾਇਆ ਪਿਆ ਕਾਕੇ ਜੀ। ਕਿੱਥੋਂ ਪਤਾ ਲੱਗਾ ਸੀ ਵੀ ਇਹ ਚਾਹ ਜਿਹੜੀ ਇੱਥੇ ਸਪੈਸ਼ਲ ਮਿਲਦੀ, ਨਾਲ ਕੱਪ ਵੀ ਖਾਣ ਨੂੰ ਮਿਲਦਾ? ਪਤਾ ਤਾਂ ਵੇਖੋ ਇੱਥੋਂ ਲੱਗਣ ਡੇ, ਤੁਹਾਨੂੰ ਵੀਰ ਹੋਣਾ ਨੇ ਕਿਹਾ ਕਿ ਇੱਥੇ ਕਾਕਾ ਛਾਇਆ ਪਿਆ ਚਾਹ ਵਾਲਾ, ਤਾਂ ਉਹਨਾਂ ਕਰਕੇ ਫਿਰ ਆਪਾਂ ਇੱਧਰ ਆਏ। ਚਾਹ ਟੇਸਟ ਕੀਤਾ ਚਾਹ ਦਾ ਤੁਸੀਂ? ਹਾਂਜੀ, ਚਾਹ ਜਦ ਟੇਸਟ ਕੀਤਾ ਬਹੁਤ ਵਧੀਆ, ਚਾਹ ਵਧੀਆ, ਅੱਛੀ ਹੈ। ਹਾਂਜੀ, ਅੱਛੀ, ਬਿਲਕੁਲ। ਚਾਹ ਦੀਆਂ ਚੁਸਕੀਆਂ ਜਿਹੜੇ ਕਿ ਉਹ ਲੈ ਰਹੇ ਨੇ ਨੌਜਵਾਨ, ਕਿਉਂਕਿ ਇੱਕ ਨਵੇਕਲਾ ਕਨਸੈਪਟ ਹੈ ਚਾਹ ਦੇ ਨਾਲ ਨਾਲ ਜਿਹੜਾ ਚੀਜ਼ ਚਾਹ ਦਾ ਕੱਪ ਹੈ ਉਹ ਵੀ ਲੋਕ ਜਿਹੜੇ ਨੇ ਉਹ ਖਾਂਦੇ ਨੇ। ਤਾਂ ਗੱਲਬਾਤ ਵੀ ਕਰਾਂਗੇ ਕਾਕੇ ਚਾਹ ਵਾਲੇ ਨਾਲ ਵੀ ਇਹ ਕਨਸੈਪਟ ਜਿਹੜਾ ਉਹਨਾਂ ਨੇ ਕਿੱਥੋਂ ਲਿਆਂਦਾ ਆ, ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਨਵੇਕਲੀ ਚੀਜ਼, ਨਵਾਂ ਕਨਸੈਪਟ ਆਉਂਦਾ ਹੈ, ਤਾਂ ਲੋਕ ਜਿਹੜਾ ਨੇ ਉਸ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਨੇ। ਤਾਂ ਭਾਅ ਜੀ, ਪਹਿਲੇ ਚਾਹ ਪੀ ਕੇ ਨਾਲ ਖਾ ਕੇ ਵੀ ਦਿਖਾਓ ਨਾ ਕੱਪ, ਕਿੱਦਾਂ ਦਾ ਟੇਸਟ ਆ? ਐਂਡ ਆ। ਹਾਂਜੀ ਭਾਅ ਜੀ, ਤੁਸੀਂ ਵੀ ਜਿਹੜਾ ਕਰੋ, ਹਾਂ, ਟਰਾਈ ਕਰੋ ਖਾ ਕੇ। ਬਹੁਤ ਵਧੀਆ, ਬਹੁਤ ਵਧੀਆ ਜੀ, ਜਿੰਨੀ ਤਾਰੀਫ ਕਰ ਲਓ ਉਨੀ ਥੋੜ੍ਹੀ, ਬਹੁਤ ਵਧੀਆ। ਤਾਂ ਗੱਲਬਾਤ ਕਰਾਂਗੇ ਕਾਕੇ ਚਾਹ ਵਾਲੇ ਨਾਲ। ਕਾਕਾ ਜੀ, ਪਹਿਲੇ ਇਹ ਦੱਸੋ, ਇਹ ਨਵਾਂ ਕਨਸੈਪਟ ਲਿਆਂਦਾ ਕਿੱਥੋਂ ਤੁਸੀਂ? ਇਹ ਸਰ ਮੇਰੇ ਵੱਡੇ ਬ੍ਰਦਰ ਗਏ ਸੀ ਅਹਿਮਦਾਬਾਦ ਵਾਲੀ ਸਾਈਡ, ਅਤੇ ਉਹਨਾਂ ਨੇ ਆ ਕਨਸੈਪਟ ਵੇਖਿਆ ਉੱਥੇ, ਉਹਨਾਂ ਨੇ ਸੋਚਿਆ ਆਪਣੀ ਸਿਟੀ 'ਚ ਵੀ ਇਹ ਚੀਜ਼ ਹੋਣੀ ਚਾਹੀਦੀ ਆ, ਇਸ ਕਰਕੇ ਆਪਾਂ ਸਾਡਾ ਵਾ ਖੋਲਿਆ ਇੱਥੇ। ਇਹ ਹੈ ਕੀ ਚੀਜ਼? ਚਲੋ ਚਾਹ ਤਾਂ ਲੋਕ ਪੀਂਦੇ ਨੇ, ਹੈ ਨਾ, ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ, ਚਾਹ ਦਾ। ਅਤੇ ਜਦੋਂ ਲੋਕਾਂ ਨੂੰ ਇਹ ਸੁਣਨ ਨੂੰ ਮਿਲਦਾ ਵੀ ਚਾਹ ਦੇ ਨਾਲ ਕੱਪ ਵੀ ਜਿਹੜਾ ਖਾਣਾ ਪੈਣਾ, ਉਹਦੇ ਬਾਰੇ ਉਹ ਚੀਜ਼ ਕੀ ਆ? ਇਹ ਸਰ ਐਕਚੁਲੀ ਨਾ ਵੇਫਰ ਵਾਲੇ ਕੱਪ ਹੁੰਦੇ ਆ, ਇਹ ਕੋਰਨ ਬੇਸ ਹੁੰਦਾ ਵਾ ਜਿਹੜਾ ਤੁਸੀਂ ਚਾਹ ਦੇ ਨਾਲ ਨਾਲ ਬਾਈਡ ਕਰਕੇ ਖਾ ਸਕਦੇ ਜੇ। ਇਹ ਮੇਨ ਚੀਜ਼ ਕੋਰਨ ਬੇਸ ਹੀ ਹੈਗਾ ਸਰ, ਇਹ ਮੇਨ। ਹਾਂਜੀ, ਜਿਵੇਂ ਆਈਸਕ੍ਰੀਮ ਖਾਂਦੇ ਆਪਾਂ, ਹੈ ਨਾ, ਉਸ ਤਰ੍ਹਾਂ ਦੇ ਕੱਪ ਹੁੰਦੇ? ਜਿੱਦਾਂ ਆਈਸਕ੍ਰੀਮ ਖਾ ਕੇ ਆਪਾਂ ਕੋਰਨ ਵੀ ਨਾਲ ਖਾ ਜਾਂਦੇ ਹਾਂ, ਉਸ ਤਰ੍ਹਾਂ ਚਾਹ ਪੀ ਕੇ ਨਾਲ ਕੱਪ ਵੀ ਖਾ ਸਕਦੇ ਤੁਸੀਂ। ਅੱਛਾ, ਹਾਂਜੀ।
ਤੇ ਫਿਰ ਜਦੋਂ ਤੁਸੀਂ ਇਹ ਚੀਜ਼ ਬਣਾਉਣੀ ਸ਼ੁਰੂ ਕੀਤੀ ਇੱਥੇ, ਫਿਰ ਕਿੰਨਾ ਕੁ ਰੁਝਾਨ ਜਿਹੜਾ ਕਿ ਲੋਕਾਂ ਦਾ, ਨੌਜਵਾਨਾਂ ਦਾ ਇੱਥੇ ਆਉਣ ਨੂੰ ਮਿਲਿਆ? ਸਰ, ਰੁਝਾਨ ਤਾਂ ਬਹੁਤ ਵਧੀਆ ਵਾ ਐਕਚੁਲੀ, ਕਿਉਂਕਿ ਆਪਾਂ ਨੂੰ ਹਲੇ ਇੱਕ ਮੰਥ ਹੀ ਹੋਇਆ ਵਾ ਖੋਲ੍ਹੇ ਨੂੰ, ਬਾਕੀ ਵੀਡੀਓ ਨਾਲ ਕਾਫੀ ਫਰਕ ਪੈਂਦਾ ਪਿਆ ਵਾ। ਜਿੰਨੇ ਵੀਰ ਭਰਾ ਵੇਖਣ ਦੇ ਟਰਾਈ ਜ਼ਰੂਰ ਕਰਨ ਦੇ ਆ ਗਏ ਸਾਰੇ, ਅਤੇ ਸਾਰੇ ਵਧੀਆ ਹੀ ਕਹਿੰਦੇ ਪਏ ਆਪਾਂ। ਕਿਹੜਾ ਫਲੇਵਰ ਜਿਹੜਾ ਤੁਸੀਂ ਲੋਕਾਂ ਨੂੰ ਇੱਥੇ ਮੁਹੱਈਆ ਕਰਾ ਰਹੇ ਹੋ? ਸਰ, ਫਲੇਵਰ ਆਪਣੇ ਕੋਲ ਹੁੰਦੇ ਆ ਇੱਕ ਇਲਾਚੀ ਹੁੰਦਾ, ਇੱਕ ਚੋਕਲੇਟ ਹੁੰਦਾ, ਕੱਪਾਂ ਦੇ ਵਿੱਚ ਵੀ ਫਲੇਵਰ ਹੁੰਦੇ ਆਪਣੇ, ਉਹ ਤਾਂ ਆਪਾਂ ਚੋਕਲੇਟ ਡਰੈਸਿੰਗ ਵਗੈਰਾ ਨਾਲ ਦੇ ਦਈ ਆ, ਐਕਸਟਰਾ ਵਗਾ ਕੇ ਪਾ ਡਰੈਸਿੰਗ ਕਰਦੇ ਹੋ? ਹਾਂਜੀ, ਡਰੈਸਿੰਗ ਪਾਈ ਦੀ ਚੋਕਲੇਟ ਫਲੇਵਰ ਉੱਤੇ, ਅਤੇ ਇਲਾਚੀ ਆਪਾਂ ਵਿੱਚ ਜ਼ਰੂਰ ਪਾਈ ਦੀ ਆ। ਠੀਕ ਹੈ ਜੀ। ਅਤੇ ਇੱਕ ਆਪਣਾ ਹੈਗਾ ਵਾ ਖਾਸ ਕੜਕ ਮਸਾਲਾ, ਇਹ ਆਪਾਂ ਸਪੈਸ਼ਲ ਘਰੇ ਤਿਆਰ ਕਰੀਦਾ। 3 ਫਲੇਵਰ ਹੁੰਦੇ ਆ ਆਪਣੇ ਕੋਲ ਸਰ ਟੋਟਲ। ਕੜਕ ਮਸਾਲਾ ਵੀ ਜਿਹੜਾ ਤੁਸੀਂ ਉਹੀ ਕੱਪ ਵਿੱਚ ਪਾਉਂਦੇ ਹੋ ਜਿਹੜੇ ਕੱਪ ਖਾਸ ਦੇ ਨਾਲ? ਹਾਂਜੀ ਹਾਂਜੀ, ਉਹ ਇਲਾਚੀ ਵਾਲੇ ਕੱਪ 'ਚ ਪਾਈਦਾ ਸਰ। ਹਾਂਜੀ। ਅਤੇ ਫਿਰ ਜਦੋਂ ਲੋਕ ਤਾਰੀਫ ਕਰਦੇ ਨੇ, ਫਿਰ ਕਾਕੇ ਨੂੰ ਕਿਸ ਤਰ੍ਹਾਂ ਲੱਗਦਾ? ਸਰ ਬਸ ਮਾਲਕ ਦੀ ਰਜ਼ਾ ਸਰ, ਉਹਨਾਂ ਦੇ ਪਿੱਛੇ ਹੀ ਪੈਰਾਂ ਪਿੱਛੇ ਸਾਰਿਆਂ ਦੇ, ਜਿੰਨੇ ਵੀਰ ਭਰਾ ਆਪਣੇ ਕੋਲ ਆਉਂਦੇ ਪਏ ਆ ਉਹਨਾਂ ਦੇ ਪੈਰਾਂ ਪਿੱਛੇ ਹੀ ਆ, ਬਸ ਵਧੀਆ ਚੱਲੀ ਜਾਂਦਾ ਸਰ। ਚਾਹ ਵਾਲੇ ਤਾਂ ਬਹੁਤ ਸਾਰੇ ਹੋਣਗੇ ਅੰਮ੍ਰਿਤਸਰ ਵਿੱਚ, ਹਜ਼ਾਰਾਂ ਹੀ ਚਾਹ ਵਾਲੇ ਹੋਣਗੇ, ਪਰ ਕਾਕਾ ਚਾਹ ਵਾਲਾ ਇੱਕੋ ਹੀ ਮਸ਼ਹੂਰ ਹੋ ਗਿਆ? ਇਹ ਸਰ ਮੈਂ ਉਹੀ ਤਾਂ ਦੱਸਦਾ ਪਿਆ ਕਿ ਸਰ ਇਹ ਖੁਦਾ ਦੀ ਕਿਰਪਾ ਵਾ, ਬਸ ਉਹਨਾਂ ਦਾ ਰਹਿਮ ਹੈ। ਕਿਰਾਇਆ ਚਲੋ ਮਸ਼ਹੂਰ ਤਾਂ ਨਹੀਂ ਮੈਂ ਕਹਿ ਸਕਦਾ ਹਲੇ, ਬਾਕੀ ਵਧੀਆ ਵਾ ਸਰ। ਪਹਿਲੇ ਕੀ ਕੰਮ ਕਰਦੇ ਸੀ ਤੁਸੀਂ? ਪਹਿਲੇ ਸਰ ਮੈਂ ਸਭੇ ਕੰਮ ਕਰਦਾ ਹੁੰਦਾ ਸੀ ਰਣਜੀਤ ਐਵਨੀ ਵੀ ਬਲੌਗ 'ਚ। ਫਿਰ ਮਨ ਵਿੱਚ ਕਿਸ ਤਰ੍ਹਾਂ ਵੀ ਆਪਣਾ ਕੰਮ ਕਰਨਾ ਹੈ? ਸਰ ਐਕਚੁਲੀ ਉੱਥੇ ਸੈਲਰੀ ਬੜੀ ਘੱਟ ਮਿਲਦੀ ਸੀ ਮੈਨੂੰ, ਅਤੇ ਤੁਹਾਨੂੰ ਪਤਾ ਉਹਦੇ ਨਾਲ ਖਰਚੇ ਨਹੀਂ ਸਰ ਪੂਰੇ ਹੁੰਦੇ ਘਰ ਦੇ, ਇਸ ਕਰਕੇ ਫਿਰ ਮੈਂ ਸੋਚਿਆ ਕਿ ਆਪਣਾ ਸੈਟਅਪ ਸਟਾਰਟ ਕੀਤਾ ਜਾਵੇ, ਆਪਣਾ ਕਿਸੇ ਥੱਲੇ ਵੀ ਲਾ ਕੇ ਕਰਨਾ, ਇਹਨਾਂ ਨੂੰ ਚੰਗਾ ਆਪਣਾ ਕੀਤਾ ਜਾਵੇ। ਬਾਹਰ ਦਾ ਸੋਚਿਆ ਸੀ, ਪੈਸੇ ਨਹੀਂ ਸੀ ਹੈਗੇ ਇੰਨੇ, ਬਾਹਰ ਕੀ ਕਰਨਾ ਜਾ ਕੇ ਜੇ ਇੱਥੇ ਹੀ ਕੰਮ ਮਿਲਦਾ? ਬਿਲਕੁਲ ਸਰ, ਅਤੇ ਉਹੀ ਮੈਂ ਵੀ ਆਪਣੇ ਵੀਰ ਭਰਾਵਾਂ ਨੂੰ ਇਹੀ ਕਹਿਣਾ ਚਾਹੂੰਗਾ, ਜੇ ਇੱਥੇ ਆਪਾਂ ਕੰਮ ਕਰ ਲਾਂਗੇ ਤਾਂ ਬਾਹਰ ਜਾਣ ਦੀ ਲੋੜ ਨਹੀਂ, ਇੱਥੇ ਮਿਹਨਤ ਕਰ ਸਕਦੇ ਹਾਂ ਅਤੇ ਰੋਜ਼ੀ ਰੋਟੀ ਚੰਗੀ ਕਮਾਈ ਆ ਸਕਦੀ। ਹਾਂਜੀ ਹਾਂਜੀ, ਮੇਰੇ ਬ੍ਰਦਰ ਨੇ ਮੈਨੂੰ ਇਸੇ ਕਰਕੇ ਡੱਕਿਆ ਕਿ ਤੂੰ ਬਾਹਰ ਨਹੀਂ ਜਾਣਾ, ਤੂੰ ਇੱਥੇ ਮਿਹਨਤ ਕਰ, ਇੱਥੇ ਫਲ ਮਿਲੇਗਾ ਤੈਨੂੰ। ਫਲ ਮਿਲ ਰਿਹਾ ਫਿਰ? ਬਿਲਕੁਲ ਸਰ ਬਿਲਕੁਲ, ਵੀਰ ਭਰਾ ਹੀ ਆਉਂਦੇ ਦੂਰੋਂ, ਭਾਈ ਉਹਨਾਂ ਨੇ ਦੱਸਿਆ ਤੁਹਾਨੂੰ ਬਟਾਲੇ ਤੋਂ ਆਏ ਨੇ ਸਪੈਸ਼ਲ ਉਹ, ਅਤੇ ਐਕਚੁਲੀ ਲੰਘਦੇ ਪਏ ਸੀ ਪਰ ਆਏ ਬਟਾਲੇ ਤੋਂ ਹੀ ਆ, ਉਹਨਾਂ ਨੇ ਵੇਖ ਕੇ ਅਤੇ ਚਾਹ ਪੀਣ ਆ ਗਏ ਆਪਣੇ ਕੋਲ। ਅਤੇ ਫਿਰ ਜਿਹਨੂੰ ਕਿੰਨੇ ਦਾ ਕੱਪ ਜਿਹੜਾ ਚਾਹ ਦਾ ਤੁਸੀਂ ਦਿੰਦੇ ਹੋ? ਸਰ ਆਪਣੀ 30 ਰੁਪਏ ਕੋਸਟ ਹੈਗੀ ਆ, ਸੇਮ ਫਲੇਵਰ ਹੀ ਹੈਗਾ ਸਾਰਿਆਂ ਦਾ, ਜਿੰਨੇ ਵੀ 3 ਫਲੇਵਰ ਹੈਗੇ ਤਿੰਨਾਂ ਦੀ 30 ਰੁਪਏ ਕੋਸਟ ਹੈਗੀ ਆ। ਹਾਂਜੀ। ਅਤੇ ਗਰਮੀ ਸਰਦੀ ਵਿੱਚ ਚਾਹ ਦਾ ਫਰਕ ਪੈਂਦਾ, ਕੋਈ ਡਿਮਾਂਡ ਘੱਟਦੀ ਹੈ ਵੱਧਦੀ ਹੈ? ਇਹ ਤਾਂ ਸਰ ਤੁਹਾਨੂੰ ਪਤਾ ਹੁਣ ਥੋੜ੍ਹਾ ਗਰਮੀ ਨਾਲ ਤਾਂ ਫਰਕ ਪਏਗਾ, ਪਰ ਆਪਣਾ ਤਾਂ ਵਧੀਆ ਚੱਲਣ ਦਿਆ, ਮੈਂ ਝੂਠ ਕਿਉਂ ਮਾਰਾ ਸਰ, ਬਸ ਵਧੀਆ ਵਾ ਆਪਣਾ, ਇਹ ਨਹੀਂ ਕਹਾਂਗੇ ਆਪਾਂ ਗਰਮੀ ਨਾਲ ਜ਼ਿਆਦਾ ਘੱਟ ਗਿਆ ਵਾ, ਸਗੋਂ ਮੇਰੇ ਖਿਆਲ ਨਾਲ ਵੀਡੀਓ ਨਾਲ ਤਾਂ ਜ਼ਿਆਦਾ ਫਰਕ ਪੈਂਦਾ ਪਿਆ, ਜ਼ਿਆਦਾ ਲੋਕ ਆਉਂਦੇ ਆਪਣੇ ਕੋਲ ਚਾਹ ਪੀਣ। ਕੀ ਕਹਿਣਾ ਚਾਹੁੰਦੇ ਫਿਰ ਲੋਕਾਂ ਨੂੰ ਜਿਹੜੇ ਚਾਹ ਨਹੀਂ ਪੀਂਦੇ, ਹੈ ਨਾ, ਕਈ ਸ਼ੌਕੀਨ ਹੁੰਦੇ ਚਾਹ ਦੇ ਬਹੁਤ, ਕਈ ਸ਼ੌਕੀਨ ਨਹੀਂ ਵੀ ਹੁੰਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਟਰਾਈ ਕਰੇ ਇੱਥੇ ਆ ਕੇ? ਮੈਂ ਸਰ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇੱਕ ਵਾਰੀ ਜ਼ਰੂਰ ਆ ਕੇ ਟਰਾਈ ਕਰੋ ਤੁਸੀਂ ਯੂਟੀ ਮਾਰਕੀਟ ਠਾਠਵਾੜ ਦੇ ਬਿਲਕੁਲ ਸਾਹਮਣੇ, ਇੱਕ ਵਾਰੀ ਜ਼ਰੂਰ ਟਰਾਈ ਕਰੋ, ਤੁਹਾਨੂੰ ਵਧੀਆ ਲੱਗੇਗੀ ਚਾਹ ਆਪਣੀ। ਪਰ ਜਿਹੜੇ ਚਾਹ ਨਹੀਂ ਪਸੰਦ ਕਰਦੇ ਉਹ ਵੀ ਕਾਕੇ ਕੋਲ ਚਾਹ ਜ਼ਰੂਰ ਪੀਣ ਆਉਣਗੇ, ਕਿਉਂਕਿ ਇਹ ਚੀਜ਼ ਹੀ ਐਸੀ ਸਪੈਸ਼ਲ ਬਣਾ ਰਹੇ ਨੇ, ਕਿਉਂਕਿ ਚਾਹ ਦੇ ਭਾਵੇਂ ਫਲੇਵਰ ਇਹਨਾਂ ਕੋਲ 3 ਨੇ, ਕੜਕ ਚਾਹ ਵੀ ਹੈ, ਇਲਾਚੀ ਅਤੇ ਨਾਲ ਚੋਕਲੇਟ ਫਲੇਵਰ ਹੈ, ਪਰ ਜਿਹੜੀ ਕਿ ਚਾਹ ਦੇ ਨਾਲ ਇੱਕ ਖਾਸੀਅਤ ਇਹ ਹੈ ਵੀ ਜਿਸ ਵਿੱਚ ਚਾਹ ਜਿਹੜੀ ਪਰੋਸੀ ਜਾਂਦੀ ਹੈ, ਜਿਹੜਾ ਕੱਪ ਆ ਉਹ ਜਿਹੜਾ ਕਿ ਨਾਲ ਖਾਧਾ ਵੀ ਜਾ ਸਕਦਾ ਹੈ, ਤਾਂ ਲੋਕ ਬੜੇ ਚਾਵਾਂ ਨਾਲ ਚਾਹ ਵੀ ਪੀਂਦੇ ਨੇ ਅਤੇ ਨਾਲ ਕੱਪ ਵੀ ਖਾ ਰਹੇ ਨੇ, ਅਤੇ ਕਾਕੇ ਦੀਆਂ ਚਾਹ ਦੀਆਂ ਤਾਰੀਫਾਂ ਵੀ ਜਿਹੜੀਆਂ ਕਿ ਲਗਾਤਾਰ ਉਹ ਕਰਦੇ ਹੋਏ ਵਿਖਾਈ ਦੇ ਰਹੇ ਨੇ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚਾਹ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।